ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। 3 ਹਫ਼ਤੇ ਤੋਂ ਵੱਧ ਹੋ ਗਏ ਆਸਟ੍ਰੇਲੀਆ ਵਿੱਚ ਹੋਈ ਜਵਾਨ ਪੁੱਤ ਦੀ ਮੌਤ ਨੂੰ, ਪਰ ਅੱਜ ਤੱਕ ਮਾਪੇ ਉਡੀਕ ਰਹੇ ਨੇ ਪੁੱਤ ਦੀ ਲਾਸ਼। ਦੁੱਖ ਦੀ ਘੜੀ ਚ ਕੋਈ ਸਿਆਸੀ ਆਗੂ ਨਹੀਂ ਇੱਥੇ ਆਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹੋ ਹੀ ਤਾਂ ਸਭ ਤੋਂ ਮਾੜੀ ਘਟਨਾ ਵਾਪਰਦੀ ਹੈ ਨਾ, ਮਤਲਬ ਇਹੀ ਗੱਲਾਂ ਸਰਕਾਰ ਨਿਕੰਮੀ ਸਰਕਾਰ ਕਰਕੇ ਮਤਲਬ ਇੱਥੇ ਨਹੀਂ ਪਹੁੰਚ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰੋ, ਵਿਦੇਸ਼ਾਂ ਤੋਂ ਅੱਜ ਕੱਲ੍ਹ ਬੜੀਆਂ ਦੁਖਦਾਇਕ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਕਿਤੇ ਜਵਾਨ ਪੀੜ੍ਹੀ ਸਾਨੂੰ ਨਸ਼ੇ ਚ ਤੋਹੀ ਨਜ਼ਰ ਆਉਂਦੀ ਹੈ ਤੇ ਕਿਤੇ ਕੋਈ ਅਣਸੁਖਾਵੀ ਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਤੇ ਬੀਤੇ ਦਿਨੀ ਆਸਟ੍ਰੇਲੀਆ ਤੋਂ ਇੱਕ ਘਟਨਾ ਅਜਿਹੀ ਸਾਹਮਣੇ ਆਈ ਸੀ ਜਿੱਥੇ ਮੈਲਬੌਰਨ ਦੇ ਪੱਛਮੀ ਖੇਤਰ ਮੈਡਸਟੋਨ ਵਿੱਚ ਪਰਮਜੀਤ ਨਾਮ ਦੇ ਇੱਕ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ ਸੀ ਤੇ ਪਰਮਜੀਤ ਦੇ ਮਾਪਿਆਂ ਨੇ ਪੁੱਤਰ ਦੀ ਲਾਸ਼ ਪੰਜਾਬ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਸਹਿਯੋਗ ਨਾ ਮਿਲਣ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਜਤਾਇਆ ਤੇ ਮ੍ਰਿਤਕ ਪਰਮਜੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਅਤੇ ਮਾਤਾ ਨੇ ਦੱਸਿਆ ਕਿ 2 ਹਫ਼ਤਿਆਂ ਤੋਂ ਵੱਧ ਹੋ ਚੁੱਕੇ ਨੇ ਉਨ੍ਹਾਂ ਦੇ ਪੁੱਤ ਦੇ ਕਤਲ ਹੋਏ ਨੂੰ, ਪਰ ਅੱਜ ਤੱਕ ਕੋਈ ਵੀ ਸਰਕਾਰੀ ਨੁਮਾਇੰਦਾ ਅਜਿਹਾ ਨਹੀਂ ਆਇਆ ਜੋ ਉਨ੍ਹਾਂ ਨੂੰ ਇਹ ਸੰਤੁਸ਼ਟੀ ਦਵਾ ਸਕੇ ਕਿ ਉਨ੍ਹਾਂ ਦੇ ਪੁੱਤ ਦੀ ਲਾਸ਼ ਜਲਦ ਤੋਂ ਜਲਦ ਆਸਟ੍ਰੇਲੀਆ ਤੋਂ ਭਾਰਤ ਪੰਜਾਬ ਲਿਆਉਂਦੀ ਜਾਵੇਗੀ। ਬੇਸ਼ੱਕ ਇਲਾਕੇ ਦੇ ਵਿਧਾਇਕ ਦੁੱਖ ਪ੍ਰਗਟ ਕਰਨ ਵਾਸਤੇ ਉਨ੍ਹਾਂ ਦੇ ਘਰ ਆਏ ਸਨ, ਪਰ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਕਿਸੇ ਪਾਸਿਓਂ ਕਿਸੇ ਨੇ ਵੀ ਇਸ ਦੁਖੀ ਪਰਿਵਾਰ ਦਾ ਹੱਥ ਪੱਲਾ ਨਹੀਂ ਫੜਿਆ। ਆਖਿਰ ਕੀ ਕਹਿ ਰਿਹਾ ਹੈ ਇਹ ਦੁਖੀ ਪਰਿਵਾਰ, ਆਓ ਮਾਰਦੇ ਇੱਕ ਨਜ਼ਰ। ਸਰਕਾਰ ਵੱਲੋਂ ਕੋਈ ਅਜੇ ਇਹਨਾਂ ਨੂੰ ਮਦਦ ਨਹੀਂ ਕੀਤੀ ਗਈ, ਸਿਰਫ ਸਾਡੇ ਜਿਹੜੇ ਪ੍ਰਦੇਸ਼ ਮੁੰਡੇ ਰਹਿੰਦੇ ਸੀ ਉਹਨਾਂ ਨੇ ਇਕੱਠੇ ਹੋ ਕੇ ਅਤੇ ਇਹ ਉਪਰਾਲਾ ਕਰਕੇ ਅਤੇ ਜਿਹੜੀ ਡੈੱਡ ਬਾਡੀ ਇੱਥੇ ਪਹੁੰਚੀ ਪਹੁੰਚਾਈ ਆ, ਅਜੇ ਤੱਕ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ, ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ, ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ। MLA ਸਾਹਿਬ ਆਏ ਸੀਗੇ, ਉਹ ਅਫਸੋਸ ਕਰਕੇ ਗਏ ਆ ਪਰਿਵਾਰ ਦੇ ਨਾਲ, ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ। ਸਰਕਾਰ ਵੱਲੋਂ ਕੋਈ ਅਜੇ ਇਹਨਾਂ ਨੂੰ ਮਦਦ ਨਹੀਂ ਕੀਤੀ ਗਈ, ਸਿਰਫ ਸਾਡੇ ਜਿਹੜੇ ਪ੍ਰਦੇਸ਼ ਮੁੰਡੇ ਰਹਿੰਦੇ ਸੀ ਉਹਨਾਂ ਨੇ ਇਕੱਠੇ ਹੋ ਕੇ ਅਤੇ ਇਹ ਉਪਰਾਲਾ ਕਰਕੇ ਅਤੇ ਜਿਹੜੀ ਡੈੱਡ ਬਾਡੀ ਇੱਥੇ ਪਹੁੰਚੀ ਪਹੁੰਚਾਈ ਆ, ਅਜੇ ਤੱਕ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ, ਕੋਈ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ, ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ। MLA ਸਾਹਿਬ ਆਏ ਸੀਗੇ, ਉਹ ਅਫਸੋਸ ਕਰਕੇ ਗਏ ਆ ਪਰਿਵਾਰ ਦੇ ਨਾਲ, ਹੋਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ। ਘਟਨਾ ਬਹੁਤ ਮਾੜੀ ਹੋਈ, ਅੱਜ ਦੀ ਜਿਹੜੀ ਜਵਾਨੀ ਆ ਉਹ ਮਤਲਬ ਹਮੇਸ਼ਾ ਹੀ ਹਰ ਬੱਚਾ ਬਾਹਰ ਦੀ ਖਵਾਇਸ਼ ਰੱਖਦਾ, ਪਰ ਗੱਲ ਇਹ ਆ ਵੀ ਜੇ ਸਰਕਾਰਾਂ ਇੱਥੇ ਹੀ ਪ੍ਰਬੰਧ ਕਰਨ, ਰੋਜ਼ੀ ਰੋਟੀ ਨੌਕਰੀ ਦਾ ਪ੍ਰਬੰਧ ਕਰਨ, ਇਹ ਸਾਰਾ ਹੀ ਕੁਝ ਉਹ ਸਰਕਾਰਾਂ ਦੀ ਨਾਕਾਮੀ ਕਾਰਨ ਹੋਣ ਰਿਹਾ। ਮਤਲਬ ਵਿਦੇਸ਼ ਜਾਣ ਦੀ ਲੋੜ ਆਪਾਂ ਨੂੰ ਪੈ ਨਹੀਂ ਸਕਦੀ ਜੇ ਇੱਥੇ ਹਰ ਨੌਜਵਾਨ ਨੂੰ ਗੁਜ਼ਾਰ ਮਿਲੇ, ਪੜ੍ਹੇ ਲਿਖੇ ਲੋਕ ਡਿਗਰੀਆਂ ਮੁੰਡੇ ਕਰਕੇ ਟੈਂਕੀਆਂ ਤੋਂ ਛਾਲਾਂ ਮਾਰ ਰਹੇ ਆ, ਅਤੇ ਮਾਪੇ ਇਸ ਡਰ ਨਾਲ ਆਪਦੀ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਭੇਜਦੇ ਆ ਵੀ ਸ਼ਾਇਦ ਸਾਡਾ ਮੁੰਡਾ ਕਿਸੇ ਗਲਤ ਬੰਨੇ ਨਾ ਤੁਰ। ਕਾਮਰੇਡ ਸਾਹਿਬ, ਅੱਜ ਦੁੱਖ ਦੀ ਘੜੀ 'ਚ ਕੋਈ ਸਿਆਸੀ ਆਗੂ ਨਹੀਂ ਇੱਥੇ ਆਇਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹੋ ਹੀ ਤਾਂ ਸਭ ਤੋਂ ਮਾੜੀ ਘਟਨਾ ਵਾਪਰਦੀ ਹੈ ਨਾ, ਮਤਲਬ ਇਹੀ ਗੱਲਾਂ ਸਰਕਾਰ ਨਿਕੰਮੀ ਸਰਕਾਰ ਕਰਕੇ ਮਤਲਬ ਇੱਥੇ ਨਹੀਂ ਪਹੁੰਚ ਰਹੇ। ਮਤਲਬ ਜੇ ਚੰਗੀ ਸਰਕਾਰ ਚੁਣੀ ਜਾਵੇ ਤਾਂ ਬਹੁਤ ਮਤਲਬ ਇੱਥੇ ਰੁਜ਼ਗਾਰ ਮਿਲ ਸਕਦਾ। ਕੋਈ ਹਿੰਦੁਸਤਾਨ ਦੀ ਧਰਤੀ 'ਤੇ ਖਾਸ ਕਰਕੇ ਪੰਜਾਬ ਵਿੱਚ ਜਿੰਨਾ ਅਨਾਜ ਪੈਦਾ ਹੁੰਦਾ, ਫਲ ਫਰੂਟ ਜਿੰਨੇ ਜੋ ਕੁਝ ਪੈਦਾ ਹੁੰਦਾ, ਇੱਥੋਂ ਬਾਹਰ ਜਾਣ ਦੀ ਲੋੜ ਪੈ ਹੀ ਨਹੀਂ ਸਕਦੀ। ਜਦੋਂ ਪਰਮਜੀਤ ਦੀ ਮ੍ਰਿਤਕ ਦੇਹ ਧੂੰਦਾ ਵਿਖੇ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿੱਚ ਸਾਰੇ ਰਿਸ਼ਤੇਦਾਰ ਦੀ ਹਾਜ਼ਰੀ ਦੇ ਵਿੱਚ ਇਸ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਕੋਈ ਗੱਲ ਨਹੀਂ।
ਬਹਿਰਹਾਲ ਗੁਰੂ ਪਿਆਰੇ ਪਰਮਜੀਤ ਦਾ ਤਾਂ ਅੰਤਿਮ ਸੰਸਕਾਰ ਹੋ ਗਿਆ, ਪਰ ਅਜਿਹੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਹੈ ਨੇ ਜੋ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਨੇ ਅਤੇ ਭਾਰਤ ਬੈਠੇ ਮਾਪਿਆਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਬੱਚੇ ਬਾਹਰ ਕਿਹੜੀਆਂ ਮੁਸ਼ਕਿਲਾਂ ਝੇਲ ਰਹੇ ਨੇ। ਇਸ ਲਈ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਦੇ ਹਾਂ, ਪਹਿਲਾਂ ਤਾਂ ਕਦੀ ਅਸੀਂ ਇਹ ਗਲਤੀ ਨਾ ਕਰੀਏ ਕਿ ਬੱਚਿਆਂ ਨੂੰ ਦੋ ਨੰਬਰ ਦੇ ਵਿੱਚ ਭੇਜਿਆ ਜਾਵੇ, ਅਤੇ ਦੂਸਰੀ ਚੀਜ਼, ਜੇਕਰ ਬੱਚੇ ਬਾਹਰ ਜਾ ਕੇ ਸੈਟਲਡ ਹੋ ਵੀ ਗਏ ਨੇ ਤਾਂ ਬੱਚਿਆਂ ਦੇ ਨਾਲ ਵਾਰਤਾ ਕਾਇਮ ਰੱਖੀ ਜਾਵੇ, ਬੱਚਿਆਂ ਦਾ ਹਾਲ ਚਾਲ ਹਮੇਸ਼ਾ ਪੁੱਛਿਆ ਜਾਵੇ, ਅਤੇ ਜੇਕਰ ਬੱਚਾ ਆਊਟ ਆਫ ਕੰਟੈਕਟ ਹੁੰਦਾ ਹੈ ਤਾਂ ਉਸ ਦੇ ਨਾਲ ਜਲਦ ਤੋਂ ਜਲਦ ਸੰਪਰਕ ਸਾਧਿਆ ਜਾਵੇ ਤਾਂ ਜੋ ਕਿਤੇ ਵੀ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰੇ। ਜੇਕਰ ਕਿਤੇ ਵਾਪਰਨ ਵਾਲੀ ਹੋਵੇ ਤਾਂ ਉਸਨੂੰ ਸਮਾਂ ਰਹਿੰਦਿਆਂ ਸਮਝਾ ਬੁਝਾ ਕੇ ਰੋਕਿਆ ਜਾ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਵਿੱਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।